ਲਾਚਾਰ ਅਤੇ ਅਪਾਹਿਜ ਪਤੀ ਪਤਨੀ ਨੂੰ ਇੱਕ ਮਾਸੂਮ ਬੱਚਾ ਰੱਬ ਦੇ ਵੱਲੋਂ ਦਾਤ ਦੇ ਵਜੋਂ ਮਿਲਿਆ ਸੀ ਅਤੇ ਇਸ ਬੱਚੇ ਨੂੰ ਉਹ ਪਾਲਣ ਤੋਂ ਅਸਮਰਥ ਹੋਣ ਦੇ ਕਾਰਨ ਇਸ ਮੌਕੇ 'ਤੇ ਇਸ ਮਾਸੂਮ ਬੱਚੇ ਦੀ ਭੂਆ ਨੇ ਇਸ ਨੂੰ ਪਾਲ ਪੋਸ ਕੇ ਵੱਡਾ ਕੀਤਾ ਸੀ। ਪਰਿਵਾਰ ਦੇ ਵਿੱਚ ਰਹਿੰਦੇ ਹੁਣ ਇਸ ਬੱਚੇ ਨੂੰ ਕਰੀਬ 10-12 ਸਾਲ ਹੋ ਚੁੱਕੇ ਸਨ, ਪਰ ਬੀਤੇ ਦਿਨ ਇਸ ਪਰਿਵਾਰ ਦੇ ਉੱਪਰ ਅਜਿਹਾ ਕਹਿਰ ਟੁੱਟਿਆ ਕਿ ਇਸ ਬੱਚੇ ਦੀ ਜਾਨ ਚਲੀ ਗਈ। ਮਾਸੂਮ ਬੱਚਾ ਜਿਸਦਾ ਨਾਮ ਦਿਲਜਾਨ ਹੈ, 4th ਕਲਾਸ ਦਾ ਵਿਦਿਆਰਥੀ ਸੀ। ਮਾਪਿਆਂ ਦੇ ਵੱਲੋਂ ਪਿਆਰ ਦੇ ਨਾਲ ਐਡਾ ਸੋਹਣਾ ਨਾਮ ਰੱਖਿਆ ਗਿਆ ਸੀ ਕਿ ਭਵਿੱਖ ਦੇ ਵਿੱਚ ਉਹ ਸਾਡੀ ਮਦਦ ਕਰੇਗਾ ਅਤੇ ਸਾਰੀਆਂ ਉਮੀਦਾਂ ਅਤੇ ਆਸਾਂ ਉਹਦੇ 'ਤੇ ਹੀ ਸਨ। ਪਰ ਰੱਬ ਨੂੰ ਸ਼ਾਇਦ ਇਹ ਖੁਸ਼ੀਆਂ ਵੀ ਮਨਜ਼ੂਰ ਨਹੀਂ ਸੀ। ਅੰਮ੍ਰਿਤਸਰ ਦੇ ਵਿੱਚ ਕੱਟੀ ਹੋਈ ਪਤੰਗ ਨੂੰ ਫੜਨ ਦੇ ਲਈ ਦੌੜਦਾ ਇਹ 10 ਸਾਲ ਦਾ ਮੁੰਡਾ ਦਿਲਜਾਨ ਪਾਣੀ ਦੇ ਵਿੱਚ ਡੁੱਬ ਗਿਆ, ਜਿਸ ਦੇ ਕਾਰਨ ਉਹ ਜਾਨ ਗਵਾ ਬੈਠਾ। ਸ਼ੁੱਕਰਵਾਰ ਸ਼ਾਮ ਨੂੰ ਉਹ ਗਾਇਬ ਹੋਇਆ ਅਤੇ ਉਸ ਤੋਂ ਬਾਅਦ ਹੀ ਪਰਿਵਾਰਕ ਮੈਂਬਰ ਉਸ ਨੂੰ ਲੱਭਦੇ ਰਹੇ। ਉਸਦੀ ਮ੍ਰਿਤਕ ਦੇ ਬੈਗ ਅਤੇ ਕਿਤਾਬਾਂ ਤਲਾਬ ਦੇ ਪਾਣੀ ਦੇ ਵਿੱਚ ਤੈਰਦੀਆਂ ਦਿਖੀਆਂ ਤਾਂ ਇਸ ਗੱਲ ਦਾ ਪਤਾ ਲੱਗਿਆ ਕਿ ਮਾਸੂਮ ਬੱਚਾ ਆਖਿਰਕਾਰ ਇਸ ਦੇ ਵਿੱਚ ਹੈ। ਬੱਚੇ ਦੇ ਮਾਤਾ ਪਿਤਾ ਦੋਨੋਂ ਹੀ ਸਰੀਰਕ ਤੌਰ 'ਤੇ ਠੀਕ ਨਹੀਂ। ਪੁਲਿਸ ਨੇ ਫਿਲਹਾਲ ਬੱਚੇ ਦੀ ਮ੍ਰਿਤਕ ਦੇ ਵਾਰਸਾਂ ਨੂੰ ਸੌਂਪ ਦਿੱਤੀ ਹੈ। ਇਹ ਸਾਰੀ ਘਟਨਾ ਅੰਮ੍ਰਿਤਸਰ ਦੇ ਸਿਆਲਕਾ ਪਿੰਡ ਦੇ ਵਿੱਚ ਵਾਪਰੀ ਹੈ, ਜਿੱਥੇ ਲਖਵਿੰਦਰ ਚੰਦ ਨੇ ਦੱਸਿਆ ਕਿ ਉਸ ਦਾ ਪੁੱਤ ਦਿਲਜਾਨ ਸਰਕਾਰੀ ਸਕੂਲ ਦੀ 4th ਜਮਾਤ ਦਾ ਵਿਦਿਆਰਥੀ ਸੀ। ਸ਼ੁੱਕਰਵਾਰ ਨੂੰ ਉਸ ਦਾ ਪੁੱਤ ਸਕੂਲ ਗਿਆ, ਜਿਸ ਤੋਂ ਬਾਅਦ ਸ਼ਾਮ ਨੂੰ ਉਹ ਟਿਊਸ਼ਨ ਪੜ੍ਹਨ ਚਲਾ ਗਿਆ। ਉੱਥੋਂ ਹੀ ਉਹ ਘਰ ਆਉਣ ਦੀ ਬਜਾਏ ਸਕੂਲ ਬੈਗ ਲੈ ਕੇ ਸਿੱਧਾ ਖੇਡਣ ਚਲਾ ਗਿਆ। ਸ਼ਾਮ ਤੱਕ ਜਦੋਂ ਉਹ ਘਰ ਨਾ ਪਹੁੰਚਿਆ ਤਾਂ ਪਰਿਵਾਰਕ ਮੈਂਬਰ ਉਸਨੂੰ ਲੱਭਣ ਨਿਕਲੇ। ਕਾਫੀ ਤਲਾਸ਼ ਕਰਨ ਤੋਂ ਬਾਅਦ ਵੀ ਬੱਚੇ ਦੀ ਕੋਈ ਉਗ ਸੁਗ ਨਾ ਮਿਲੀ। ਪਿਤਾ ਲਖਵਿੰਦਰ ਚੰਦ ਨੇ ਕਿਹਾ ਕਿ ਸ਼ਨੀਵਾਰ ਸਵੇਰੇ ਕਿਸੇ ਨੇ ਉਹਨਾਂ ਨੂੰ ਦੱਸਿਆ ਕਿ ਤਲਾਬ ਦੇ ਵਿੱਚ ਉਸ ਬੱਚੇ ਦੀਆਂ ਕਿਤਾਬਾਂ ਅਤੇ ਬੈਗ ਦੇਖਿਆ ਗਿਆ। ਇਸ ਤੋਂ ਬਾਅਦ ਜਦੋਂ ਪੜਤਾਲ ਕੀਤੀ ਗਈ ਤਾਂ ਦਿਲਜਾਨ ਦੀ ਮ੍ਰਿਤਕ ਦੇਹ ਵੀ ਉੱਥੋਂ ਹੀ ਬਰਾਮਦ ਹੋਈ, ਜਿਸ ਤੋਂ ਬਾਅਦ ਕਿਤਾਬਾਂ, ਬਸਤਾ ਅਤੇ ਬੱਚੇ ਨੂੰ ਉੱਥੋਂ ਬਾਹਰ ਕੱਢਿਆ ਗਿਆ। ਮੌਕੇ 'ਤੇ ਪਿਤਾ ਨੇ ਕਿਹਾ ਕਿ ਦਿਲਜਾਨ ਪਤੰਗਾਂ ਦਾ ਬਹੁਤ ਵੱਡਾ ਸ਼ੌਕੀਨ ਸੀ, ਜਿਸਦੇ ਚੱਲਦੇ ਹੋਏ ਪਤੰਗ ਨੂੰ ਉਸਨੇ ਉੱਡਦੇ ਦੇਖਿਆ ਹੋਣਾ ਅਤੇ ਦੇਖਦੇ ਦੇਖਦੇ ਉਹ ਕਦੋਂ ਪਾਣੀ 'ਚ ਉਤਰ ਗਿਆ ਉਸਨੂੰ ਵੀ ਪਤਾ ਨਹੀਂ ਲੱਗਿਆ। ਇਸ ਤੋਂ ਬਾਅਦ ਸ਼ੁੱਕਰਵਾਰ ਸ਼ਾਮ ਨੂੰ ਖੇਡਦੇ ਹੋਏ ਪਤੰਗ ਫੜਨ ਦੇ ਚੱਕਰ ਦੇ ਵਿੱਚ ਹੀ ਉਹ ਪਾਣੀ ਦੇ ਵਿੱਚ ਗਿਰਿਆ, ਜਿਸ ਦੇ ਕਾਰਨ ਇਸ ਮਾਸੂਮ ਪੁੱਤ ਦੀ ਜਾਨ ਚਲੀ ਗਈ। ਮੇਰੇ ਪਿੰਡ ਵਿੱਚ ਅੱਜ ਨਾ 11-12 ਸਾਲ ਦਾ ਬੱਚਾ ਸੀ, ਜੋ ਰਾਤ ਦਾ ਪਤੰਗ ਫੜਦਾ ਫੜਦਾ ਉਹ ਛੱਪੜ 'ਚ ਚਲੇ ਗਿਆ। ਬਹੁਤ ਜ਼ਿਆਦਾ ਮੰਦਭਾਗੀ ਘਟਨਾ ਹੈ ਜਿਹੜੀ, ਅਤੇ ਕੁਛ ਕਹਿ ਨਹੀਂ ਸਕਦੀ ਵੀ ਜਿੰਨਾ ਸਾਨੂੰ ਇਹ ਸਦਮਾ ਇਸ ਮੌਤ ਨੇ ਪਹੁੰਚਾਇਆ ਵਾ। ਕਿਉਂਕਿ ਸਾਰੀ ਰਾਤ ਬੈਠੇ ਅਸੀਂ ਲੱਭਦੇ ਰਹੇ, ਨਹੀਂ ਲੱਭਿਆ। ਸਵੇਰੇ 8:15 ਵਜੇ ਲੈਲੀ ਆ। ਮੈਂ ਇਹ ਤਾਂ ਸਰਕਾਰਾਂ ਨੂੰ ਕਹੂੰਗੀ ਕਿ ਜੇ ਕਿਤੇ ਸਾਡੇ ਪਿੰਡਾਂ ਨੂੰ ਛੱਪੜ ਸਾਫ਼ ਕਰਨ ਦੀਆਂ ਗਰਾਂਡਾਂ ਮਿਲੀਆਂ ਹੁੰਦੀਆਂ, ਅੱਜ ਸਾਨੂੰ ਇਹ ਦਿਨ ਨਾ ਵੇਖਣਾ ਮਿਲਦਾ। ਹੁਣ ਮੈਂ ਬਹੁਤ ਹੀ ਤਰਲੇ ਲੈ ਕੇ ਇੱਕ ਛੱਪੜ ਦੀ ਸਫਾਈ ਕਰਾਈ, ਅਤੇ ਉਹ ਜਿੰਨੇ ਕੁ ਮੈਨੂੰ ਪੈਸੇ ਮਿਲੇ ਉਹਦੇ ਨਾਲ ਜਿੰਨੀ ਕੁ ਹੋ ਸਕਦੀ ਸੀ ਉਹ ਮੈਂ ਕਰਵਾ ਦਿੱਤੀ। ਮੈਂ ਬਹੁਤ ਚਿਰ ਤੋਂ ਇਹ ਸਰਕਾਰ ਦੇ ਅੱਗੇ ਗੁਜ਼ਾਰਿਸ਼ ਕਰਦੀ ਸੀ ਕਿ ਮੈਨੂੰ ਇਸਦੀਆਂ ਜਿਹੜੀਆਂ ਵਾ ਛੱਪੜ ਸਾਫ਼ ਕਰਨ ਦੀਆਂ ਗਰਾਂਡਾਂ ਦਿੱਤੀਆਂ ਜਾਣ, ਅਤੇ ਸਾਡੇ ਪਿੰਡ ਦੇ ਜੇ ਛੱਪੜਾਂ ਦੀ ਸਫਾਈ ਹੁੰਦੀ ਤਾਂ ਅੱਜ ਸਾਨੂੰ ਇਹ ਦਿਨ ਵੇਖਣਾ ਨਾ ਮਿਲਦਾ। ਸਰਪੰਚ ਜੀ, ਇਸ ਨੂੰ ਕੋਈ ਮਤਾ ਪਾ ਕੇ ਦਿੱਤਾ ਵੀਡੀਓ ਸਾਹਿਬ ਨੂੰ ਛੱਪੜ ਦੀ ਸਾਫ਼ ਸਫਾਈ ਪਸੰਦ ਦੀ? ਸਫਾਈ ਦੇ ਸੰਬੰਧੀ ਮੈਂ ਬਹੁਤ ਵਾਰ ਮਿਲੀ ਹਾਂ ਜੀ। ਐਤਕੀ ਵੀਡੀਓ ਸਾਹਿਬ ਨੇ ਮੇਰੀ ਮਤਲਬ ਬਹੁਤ ਮਦਦ ਕੀਤੀ ਅਤੇ ਮੈਨੂੰ ਇੱਕ ਛੱਪੜ
ਸਾਫ਼ ਕਰਨ ਦਾ ਮੌਕਾ ਮਿਲਿਆ ਅਤੇ ਇਹਦੇ ਲਈ ਤਾਂ ਮੈਂ ਬਹੁਤ ਉਤਾਵਲੀ ਸੀ ਵੀ ਇਹ ਵੀ ਛੱਪੜ ਹੋਵੇ, ਪਰ ਮੈਨੂੰ ਨਹੀਂ ਗ੍ਰਾਂਟ ਮਿਲੀ। ਹੁਣ ਆ ਜਿਹੜੀ ਘਟਨਾ ਵਾਪਰੀ ਉਹਨੂੰ ਦੇ ਦਿਓ, ਕੀ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ? ਮੈਂ ਸਰਕਾਰ ਨੂੰ ਕਹੂੰਗੀ ਕਿ ਇਹੋ ਜਿਹੀਆਂ ਜਿਹੜੀਆਂ ਘਟਨਾ ਵਾਪਰ ਰਹੀਆਂ ਪਿੰਡਾਂ ਵਿੱਚ, ਹੇਠਲੇ ਪੱਧਰ 'ਤੇ ਆ ਕੇ ਇਹਨਾਂ ਨੂੰ ਵੇਖਿਆ ਜਾਵੇ ਕਿ ਗਰਾਊਂਡ ਲੈਵਲ 'ਤੇ ਕੀ ਹਾਲਾਤ ਆ, ਅਤੇ ਪਿੰਡਾਂ ਦਾ ਖਾਸ ਕਰਕੇ ਧਿਆਨ ਦਿੱਤਾ ਜਾਵੇ ਜੋ ਕਿ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਨੇ ਉਹ ਨਾ ਵਾਪਰ। ਕਹਿੰਦੇ ਜੀ ਵੀ ਜਿਹੜਾ ਬੱਚੇ ਦਾ ਮਾਂ ਪਿਓ ਉਹ ਹੈ ਨਹੀਂ ਗਿਆ। ਬਿਲਕੁਲ ਜੀ, ਉਹ ਬੜੇ ਹੀ ਗਰੀਬ ਪਰਿਵਾਰ ਅਤੇ ਦੋਵੇਂ ਮਾਂ ਬਾਪ ਜਿਹੜੇ ਆ ਨਾ ਉਹ ਚੱਲ ਫਿਰ ਨਹੀਂ ਸਕਦੇ, ਉਹ ਰਿੜ ਕੇ ਹੀ ਆਪਣਾ ਗੁਜ਼ਾਰਾ ਕਰਦੇ ਆ। ਅਤੇ ਇਹ ਬੱਚਾ 12 ਸਾਲ ਦਾ ਸੀ, ਇਹਨੂੰ ਵੀ ਇਸਦੀ ਭੂਆ ਨੇ ਪਾਲ ਕੇ ਇਹਨੂੰ ਦਿੱਤਾ ਹੋਇਆ ਸੀ। ਬੜਾ ਹੀ ਗਰੀਬ ਪਰਿਵਾਰ ਨਾਲ ਸੰਬੰਧਿਤ ਹੈ ਇਹ ਬੱਚਾ। ਠੀਕ ਹੈ ਜੀ, ਮੇਰਾ ਨਾਮ ਪ੍ਰਕਾਸ਼ ਸਿੰਘ, ਮੈਂਬਰ ਪੰਚਾਇਤ ਸਾਬਕਾ ਮੈਂ ਸਿਆਲਕਾ। ਤਾਂ ਕੀ ਮਾਮਲਾ ਹੈ ਜਿਹੜਾ ਬੱਚਾ ਡੈਥ ਹੋਈ ਸੀ? ਇਹ ਜੀ, ਅਸੀਂ ਡੇਰੇ 'ਤੇ ਰਹਿੰਦੇ ਹਾਂ ਅਤੇ ਪਿੰਡੋਂ ਰਾਤ ਇਹ ਬੱਚਾ ਸਾਡਾ ਜਿਹੜਾ ਹੈਗਾ ਸੀ, ਕੀ ਨਾਮ? ਦਿਲਜਾਨ। ਇਹ ਕਿਤੇ ਖੇਡਦਾ ਖੇਡਦਾ ਪਤੰਗ ਦੇ ਮਗਰ ਛੱਪੜਾ ਲੱਗਿਆ ਵਾ, ਅਤੇ ਉੱਥੇ ਪਤਾ ਨਹੀਂ ਲੱਗਾ, ਹਨੇਰਾ ਹੋ ਗਿਆ ਅਤੇ ਮੁੜ ਕੇ ਸਾਰਾ ਪਿੰਡ ਜੋ ਬੰਦੇ ਜੋ ਨਿਆਣੇ ਸਾਰੇ ਲੱਭਦੇ ਲੁਭਦੇ ਰਹੇ ਆਸ ਪਾਸ ਖੇਤਾਂ 'ਚ, ਡਰੇਨ ਵੱਲ, ਲਾਗਲਿਆਂ ਪਿੰਡਾਂ 'ਚ ਅਨਾਊਂਸਮੈਂਟ ਕਰਾਈ ਗਈ ਆ, ਕੋਈ ਪਤਾ ਨਾ ਲੱਗਾ ਹੈਗਾ। ਅਤੇ ਆਰੰਭ ਕੇ 10-12 ਵਜੇ ਤੱਕ ਅਸੀਂ ਜਾ ਕੇ ਰਿਪੋਰਟ ਦਿੱਤੀ ਇੱਥੇ ਚੌਂਕੀ 'ਚ, ਅਤੇ ਉਹਨਾਂ ਰਿਪੋਰਟ ਲਿਖ ਲਈ ਆ। ਅਤੇ ਦਿਨੇ ਸਵੇਰੇ ਸਵੇਰੇ ਵੇਖਿਆ ਅਤੇ ਛੱਪੜ 'ਚ ਇਹਦਾ ਬੈਗ ਧਰਨ ਡਿਆ ਸੀ ਹਨੇਰਾ ਹੋਣ ਦੇ ਕਾਰਨ, ਅਤੇ ਫਿਰ ਸਵੇਰੇ ਦੇਖਿਆ ਅਤੇ ਛੱਪੜ 'ਚ ਸਾਨੂੰ ਇਹਨਾਂ ਦੀ ਲਾਸ਼ ਮਿਲੀ। ਕੁਝ ਲੋਕਾਂ ਕੋਲ ਪਤਾ ਲੱਗਾ ਵੀ ਜਿਹੜਾ ਬੱਚੇ ਦੇ ਮਾਂ ਪਿਓ ਉਹ ਵੀ ਹੈਂਡੀਕੈਪਟ ਨੇ, ਉਹਨਾਂ ਦਾ ਕੋਈ ਕਮਾਈ ਦਾ ਸੋਰਸ ਨਹੀਂ ਹੈਗਾ? ਹਾਂਜੀ, ਇਹਨਾਂ ਦੇ ਜਿਹੜੇ ਮਾਂ ਪਿਓ ਸੀਗੇ ਉਹ ਦੋਵੇਂ ਬੱਚੇ ਨਾਲ ਦੋਵੇਂ ਮਾਂ ਪਿਓ ਜਿਹੜੇ ਹੈਂਡੀਕੈਪਟ ਆ, ਮਸਾਂ ਘਰ ਦਾ ਗੁਜ਼ਾਰਾ ਹੁੰਦਾ ਸੀ ਇਹਨਾਂ ਦੇ ਸਿਰ 'ਤੇ, ਬੱਚੇ ਦੇ ਸਿਰ 'ਤੇ ਆਪਣਾ ਟਾਈਮ ਪਾਸ ਕਰਨ ਡਏ ਸੀ ਕਿ ਚਲੋ ਸਾਡਾ ਬੱਚਾ ਜਵਾਨ ਹੋਊਗਾ ਅਤੇ ਸਾਨੂੰ ਕਮਾਈ ਦਾ ਸਾਧਨ ਮਿਲੇਗਾ, ਹੋਰ ਇਹਨਾਂ ਦਾ ਸੋਰਸ ਕੋਈ ਨਹੀਂ ਹੈਗਾ ਇਨਕਮ ਦਾ। ਅਤੇ ਸੋ ਅਸੀਂ ਮੰਗ ਕਰਦੇ ਹਾਂ ਪਿੰਡ ਵਾਲੇ ਸਾਰੇ ਜਾਂ ਇਹਨਾਂ ਦੇ ਪਰਿਵਾਰ ਵਾਲੇ ਕਿ ਸਾਨੂੰ ਕੋਈ ਮਾਲੀ ਸਹਾਇਤਾ ਦਿੱਤੀ ਜਾਵੇ ਗੌਰਮੈਂਟ ਵੱਲੋਂ। ਮਾੜਾ ਹੋਇਆ ਜੀ, ਇੱਥੋਂ ਤੱਕ ਨਹੀਂ ਸੋਚਿਆ ਨਹੀਂ ਜੋ ਕੁਛ ਹੋ ਗਿਆ ਜੀ। ਇਹਨਾਂ ਦੇ ਜਿਹੜੇ ਮਾਂ ਪਿਓ ਆ ਉਹ ਬਿਲਕੁਲ 100% ਹੈਂਡੀਕੈਪ ਹੈ ਜੀ। ਠੀਕ ਹੈ ਜੀ, ਔਰ ਇੱਥੇ ਏ ਟੈਲ ਸਕੂਲ ਵਾ, ਉਹਦੇ ਵਿੱਚ ਬੱਚਾ ਪੜ੍ਹਦਾ ਜੀ ਫਰੀ, ਜੋ ਵੀ ਇਹਨਾਂ ਨੂੰ ਸਹੂਲਤਾਂ ਦਿੱਤੀਆਂ ਜਾਂਦੀਆਂ। ਕੱਲ੍ਹ 6:30 ਤੋਂ ਬਾਅਦ ਨਹੀਂ ਲੱਭਿਆ ਜੀ ਕੋਈ ਗੁਜਰਾਂ ਦਾ ਡੇਰਾ, ਕੋਈ ਜਿੰਨੇ ਸ਼ੁਕਰਵਾਰ ਵਾ ਸਾਰਾ ਪਰਿਵਾਰ ਹੀ, ਸਾਰੇ ਪਿੰਡਾਂ ਦੇ ਲਾਗੇ ਛਾਗੇ ਸਰਪੰਚ ਸਾਡੇ ਸੁਖਜਿੰਦਰ ਮੈਡਮ ਜੀ ਸਾਰੇ ਨਾਲ ਗਏ ਜੀ। ਅਤੇ ਸਵੇਰੇ ਫਿਰ ਭੈਣ ਜੀ ਨੇ ਵੇਖਿਆ ਸਾਡੇ ਮੁਹੱਲਿਓ, ਅਤੇ ਇਹਨਾਂ ਦਾ ਬੈਗ ਜਿਹੜਾ ਨਾਲ ਸੀ ਅਤੇ ਬੈਗ ਦੇ ਨਾਲ ਫਿਰ ਬਾਹਰ ਕੱਢਿਆ ਜੀ ਪੌੜੀ ਲਾ ਕੇ 30-32 ਫੁੱਟ ਤੋਂ ਮਤਲਬ ਦੱਸਣ ਦੇ ਵਿੱਚ ਡੂੰਘਾ ਸੀ। ਜੀ ਮੇਰਾ ਨਾਮ ਪ੍ਰਕਾਸ਼ ਸਿੰਘ, ਮੈਂਬਰ ਪੰਚਾਇਤ ਸਾਬਕਾ ਮੈਂ ਸਿਆਲਕਾ। ਤਾਂ ਕੀ ਮਾਮਲਾ ਹੈ ਜਿਹੜਾ ਬੱਚਾ ਡੈਥ ਹੋਈ ਸੀ? ਇਹ ਜੀ, ਅਸੀਂ ਡੇਰੇ 'ਤੇ ਰਹਿੰਦੇ ਹਾਂ ਅਤੇ ਪਿੰਡੋਂ ਰਾਤ ਇਹ ਬੱਚਾ ਸਾਡਾ ਜਿਹੜਾ ਹੈਗਾ ਸੀ, ਕੀ ਨਾਮ? ਦਿਲਜਾਨ। ਦਿਲਜਾਨ। ਇਹ ਕਿਤੇ ਖੇਡਦਾ ਖੇਡਦਾ ਪਤੰਗ ਦੇ ਮਗਰ ਛੱਪੜਾ ਲੱਗਿਆ ਵਾ, ਅਤੇ ਉੱਥੇ ਪਤਾ ਨਹੀਂ ਲੱਗਾ, ਹਨੇਰਾ ਹੋ ਗਿਆ ਅਤੇ ਮੁੜ ਕੇ ਸਾਰਾ ਪਿੰਡ ਜੋ ਬੰਦੇ ਜੋ ਨਿਆਣੇ ਸਾਰੇ ਲੱਭਦੇ ਲੁਭਦੇ ਰਹੇ ਆਸ ਪਾਸ